ਜੀ ਗੱਲ ਕਰਦੇ ਆ ਪੰਜਾਬੀ ਗਾਇਕੀ ਦੀ। ਕਹਿੰਦੇ ਕਲਾਕਾਰ ਬਹੁਤ ਜ਼ਿਆਦਾ ਹੋ ਗਏ ਤੇ ਮਸ਼ਹੂਰ ਹੋਣਾ ਬੜਾ ਔਖਾ ਹੋ ਗਿਆ ਏ, ਪਰ ਸਾਡੇ ਦੱਸੇ ਫਾਰਮੂਲੇ ਨਾਲ ਤੁਸੀਂ ਬਿਨਾਂ ਮਿਹਨਤ ਕੀਤੇ ਇੱਕ ਸਫਲ ਗਾਇਕ ਬਣ ਸਕਦੇ ਹੋ। ਕਰਿਓ ਗੌਰ ਜ਼ਰਾ। ਜੇਕਰ ਮਿੱਤਰਾ ਹਿੱਟ ਹੋਣਾ ਈ ਹਰ ਚੈਨਲ ਤੇ ਫਿੱਟ ਹੋਣਾ ਈ, ਜੇਕਰ ਮਿੱਤਰਾ ਹਿੱਟ ਹੋਣਾ ਈ ਹਰ ਚੈਨਲ ਤੇ ਫਿੱਟ ਹੋਣਾ ਈ, ਜੇ ਬਣਨਾ ਰੌਕ ਸਟਾਰ ਗੌਰ ਕਰ ਲੈ ਗੱਲ ਸਾਡੀ ਖੱਟ ਲੈਂਦਾ ਕਿ ਤੂੰ ਇੰਨਾ ਕਰਕੇ ਰਿਆਜ਼, ਲੋਕੀ ਬਸ ਅੱਜ ਕੱਲ ਵੀਰੇ ਸੁਣਦੇ ਨੇ ਸਾਜ਼, ਸ਼ਾਰਟਕਟ ਮਾਰਨੇ ਤਾਂ ਬਸ ਇਹੋ ਰਸਤਾ ਵੇ, ਬਣ ਕੇ ਰਹਿ ਜਾਏਗਾ ਨੀ ਤੇ ਗਾਉਣ ਵਾਲਾ ਸਸਤਾ ਵੇ, ਬਣਨਾ ਜੇ ਚਾਹੁੰਦਾ ਸੈਲੀਬ੍ਰਿਟੀ ਓਏ ਜਵਾਨਾ, ਕਰ ਤੂੰ ਵੀ ਫੋਲੋ ਸ਼ੋਸ਼ੇਬਾਜ਼ੀ ਦਾ ਜ਼ਮਾਨਾ ਯਾਰ। ਦਮਕ ਡਿਜੀਟਲ ਸਾਜ਼ਾ ਦੀ ਜੋ ਖਾਮੀਆਂ ਸਭ ਲੁਕਾ ਦਿੰਦੀ, ਬੀਚ ਤੇ ਕੀਤੀ ਸ਼ੂਟਿੰਗ ਰਾਤੋ ਰਾਤ ਸਟਾਰ ਬਣਾ ਦਿੰਦੀ, ਮਹਿੰਗੀ ਜਿਹੀ ਇੱਕ ਮਾਡਲ ਲੈ ਕੇ ਵੀਡੀਓ ਉੱਤੇ ਲਾਉਂਦੇ ਪੈਸੇ, ਮਹਿੰਗੀ ਜਿਹੀ ਇੱਕ ਮਾਡਲ ਲੈ ਕੇ ਵੀਡੀਓ ਉੱਤੇ ਲਾਉਂਦੇ ਪੈਸੇ, ਫਿਰ ਕੋਈ ਫਰਕ ਨਹੀਂ ਪੈਂਦਾ ਕਲਾ ਤੋੜੀ ਜਾਂ ਜਿਆਦੀ ਦਾ, ਸੁਰਤਾਲ ਵੇਖਦਾ ਸੁਰਤਾਲ ਵੇਖਦਾ ਸੁਰਤਾਲ ਵੇਖਦਾ ਕੌਣ ਜ਼ਮਾਨਾ ਸ਼ੋਸ਼ੇ ਬਾਜ਼ੀ ਦਾ, ਸੁਰਤਾਲ ਵੇਖਦਾ ਕੌਣ ਜ਼ਮਾਨਾ ਸ਼ੋਸ਼ੇ ਬਾਜ਼ੀ ਦਾ, ਕਦੀ ਝੂਠੇ ਨਹੀਂ ਕਾਮਯਾਬ ਜੇ ਹੋਣਾ ਸਾਹੀ ਬੜਾ ਸੁਨਹਿਰੀ ਮੌਕਾ ਏ, ਪੇਡ ਚਾਲ ਵਿੱਚ ਹੋ ਜਾ ਸ਼ਾਮਿਲ ਕੱਲਿਆ ਤੁਰਨਾ ਔਖਾ ਏ, ਪਹਿਲਾਂ ਵਰਗੀ ਰਹੀ ਨਾ ਗਾਇਕੀ ਚੜ ਗਿਆ ਇਸ ਤੇ ਰੰਗ ਵਲਾਈ ਦੀ, ਪਹਿਲਾਂ ਵਰਗੀ ਰਹੀ ਨਾ ਗਾਇਕੀ ਚੜ ਗਿਆ ਇਸ ਤੇ ਰੰਗ ਵਲਾਈ ਦੀ, ਤੂੰ ਵੀ ਥੋੜੀ ਇੰਗਲਿਸ਼ ਸਿੱਖ ਲੈ ਦੌੜਨਾ ਰਿਹਾ ਪੰਜਾਬੀ ਦਾ, ਸੁਰਤਾਲ ਵੇਖਦਾ ਸੁਰਤਾਲ ਵੇਖਦਾ ਸੁਰਤਾਲ ਵੇਖਦਾ